BSNL ਦੇ ਕਾਮੇ BSNL ਦਫ਼ਤਰ ਮਲੇਰਕੋਟਲਾ ਵਿਖੇ ਟਾਵਰ ਦੇ ਉੱਪਰ ਚੜ੍ਹ ਕੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠ ਚੁੱਕੇ ਨੇ। ਹੜਤਾਲ ਨੂੰ ਤਕਰੀਬਨ 2 ਘੰਟੇ ਬੀਤ ਚੁੱਕੇ ਨੇ ਅਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ। 8 ਮਹੀਨਿਆਂ ਤੋਂ ਇਹਨਾਂ ਕਾਮਿਆਂ ਨੂੰ ਕੋਈ ਤਨਖਾਹ ਨਹੀਂ ਮਿਲੀ। ਉਹਨਾਂ ਕਿਹਾ ਕਿ ਅਸੀਂ ਮਜਬੂਰ ਹੋ ਕੇ ਕੋਈ ਵੀ ਕਦਮ ਉਠਾ ਸਕਦੇ ਹਾਂ। ਮਹਿਕਮੇ ਨੂੰ ਗੁਹਾਰ ਲਗਾਉਣ ਤੋਂ ਬਾਅਦ ਸਾਨੂੰ ਕੋਈ ਵੀ ਭਰੋਸਾ ਨਹੀਂ ਮਿਲਿਆ ਹੈ। ਮੇਰਾ ਨਾਮ ਰਣਜੀਤ ਸਿੰਘ ਚੀਮਾ ਜੀ, ਮੈਂ ਜਿਹੜਾ ਇਸ ਜਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਹਾਂ। ਸਾਨੂੰ ਪਿਛਲੇ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਅਤੇ ਸਾਡੀਆਂ ਤਨਖਾਹਾਂ ਨੇ ਜਿਹੜੀਆਂ ਤਕਰੀਬਨ 2017 ਤੋਂ ਲਾਈਏ ਤਾਂ ਪਹਿਲਾਂ ਸਾਨੂੰ 2 ਮਹੀਨੇ ਰੱਖ ਕੇ 3 ਮਹੀਨੇ ਤਨਖਾਹ ਦਿੱਤੀ ਜਾਂਦੀ ਸੀਗੀ। ਲਗਾਤਾਰ ਇੱਦਾਂ ਹੁੰਦਾ ਰਿਹਾ ਸਾਡਾ ਸ਼ੋਸ਼ਣ, ਅਤੇ ਹੁਣ ਤਾਂ ਬਹੁਤ ਹੀ ਪ੍ਰਸ਼ਾਸਨ ਨੇ ਹੱਦ ਹੀ ਕਰਤੀ ਕਿ ਸਾਡੇ 8 ਮਹੀਨੇ ਦੀ ਤਨਖਾਹ ਸਾਡੇ ਕਿਸੇ ਵਰਕਰ ਨੂੰ ਨਹੀਂ ਮਿਲੀ। ਸਾਡੇ ਜਿਹੜੇ ਵਰਕਰ ਨੇ ਕਿਸੇ ਰਾਸ਼ਨ ਲੈਣ ਜਾਂਦੇ ਨੇ ਉਹਨਾਂ ਨੂੰ ਮਤਲਬ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ, ਬੇਇੱਜ਼ਤੀ ਕਰਾਉਣੀ ਪੈਂਦੀ ਆ, ਰਾਸ਼ਨ ਵੀ ਦੇਣੋਂ ਹਟ ਗਏ। ਇਸ ਕਰਕੇ ਸਾਡੇ ਜਿਹੜੇ ਵਰਕਰ ਨੇ ਉਹ ਪਹਿਲਾਂ ਕੋਈ ਰਿਟਨ ਕੰਪਲੇਂਟ ਕੀਤੀ? ਅਸੀਂ ਸਭ ਕੁਛ ਕੰਪਲੇਂਟਾਂ ਕਰ ਚੁੱਕੇ ਹਾਂ ਜੀ, CGM ਦੇ ਦਫ਼ਤਰ ਦੇ ਵੀ ਅਸੀਂ 6 ਤਰੀਕ ਨੂੰ ਧਰਨਾ ਲਾ ਚੁੱਕੇ ਹਾਂ, ਫਿਰ ਅਸੀਂ ਆਪਣੇ ਲੇਬਰ ਕਮਿਸ਼ਨਰ ਦੇ ਵੀ ਜਾ ਚੁੱਕੇ ਹਾਂ, DC ਸਾਹਿਬ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, GM ਸਾਹਿਬ ਨੂੰ ਲਗਾਤਾਰ ਅਸੀਂ ਮੰਗ ਪੱਤਰ ਦੇ। ਤੁਹਾਡੀ ਸੰਸਥਾ ਕੰਟਰੈਕਟ ਵਿੱਚ ਹੈ? ਹਾਂਜੀ, ਸਾਡੀ ਸੰਸਥਾ ਜਿਹੜੀ ਉਹ ਕੰਟਰੈਕਟਰ ਵਰਕ ਵਿੱਚ। ਕਿੰਨੀ ਸੈਲਰੀ ਹੈ? ਸੈਲਰੀ ਸਾਡੀ ਹੈਗੀ ਜੀ 12,000 ਤਕਰੀਬਨ, ਕੱਟ ਕਟਾ ਕੇ ਸਾਨੂੰ 8,400 ਰੁਪਏ ਮਿਲਦੇ। ਕਿੰਨੇ ਇੱਕ ਬੰਦੇ ਦੇ ਕਿੰਨੀ ਪੈਂਡਿੰਗ ਹੈ ਜੀ? ਇੱਕ ਮਹੀਨੇ ਇੱਕ ਬੰਦੇ ਦੀ ਜੀ 8 ਮਹੀਨੇ ਦੀ ਪੈਂਡਿੰਗ। 7-8 ਮਹੀਨੇ ਹੋ ਗਏ ਜੀ ਧੱਕੇ ਖਾਂਦਿਆਂ ਨੂੰ। ਅਸੀਂ ਚੰਡੀਗੜ੍ਹ ਵੀ ਗਏ ਹਾਂ ਜੀ, ਸੰਗਰੂਰ 'ਤੇ ਵੀ ਗਏ ਹਾਂ ਜੀ, ਔਰ ਲੇਬਰ ਕਮਿਸ਼ਨਰ ਸੰਗਰੂਰ ਨੂੰ ਵੀ ਕੇਸ ਬਣਾ ਕੇ ਦਿੱਤਾ ਜੀ, ਪਰ ਉਹ ਸਾਨੂੰ ਗੱਲਾਂ ਇਸ ਕੰਮ ਕਰਨ ਦੇ ਬਜਾਏ ਸਾਨੂੰ ਕਹਿੰਦੇ ਤੁਹਾਡਾ ਕੁਛ ਨਹੀਂ ਹੋਣਾ ਜੀ। ਇੱਕ ਲੇਬਰ ਕਮਿਸ਼ਨਰ ਕਾਹਦੇ ਵਾਸਤੇ ਬਣਾਇਆ? ਇੱਕ ਲੇਬਰ ਕਰਨ ਦੀ ਮਦਦ ਵਾਸਤੇ ਬਣਾਇਆ, ਪਰ ਉਹ ਟਾਲ ਮਟੋਲੀਆਂ ਕਰਦੇ ਨੇ ਹਮੇਸ਼ਾ। ਸਾਨੂੰ ਕਹਿੰਦੇ ਨੇ ਤੁਹਾਨੂੰ ਅਸੀਂ ਤਰੀਕ ਦਿੱਤੀ, ਅਗਲੀ ਤਰੀਕ 'ਤੇ ਆ ਜਾਓ ਜੀ, ਸਾਨੂੰ ਘੱਟੋ ਘੱਟ 5 ਮਹੀਨੇ ਉਹ ਤਰੀਕਾਂ ਲੈਂਦੇ ਨੇ। ਕਿਹਨੇ ਕਿਹਾ ਤੁਹਾਨੂੰ ਵੀ ਕੁਛ ਨਹੀਂ ਹੋਣਾ ਤੁਹਾਡਾ? ਇਹ ਲੇਬਰ ਕਮਿਸ਼ਨਰ ਸੰਗਰੂਰ ਨੇ ਕਿਹਾ ਜੀ। ਲੇਬਰ ਕਮਿਸ਼ਨਰ? ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਤੁਹਾਡਾ ਕੁਛ ਨਹੀਂ ਹੋਣਾ, ਅਸੀਂ ਤਾਂ ਸਿਰਫ ਕਹੀ ਸਕਦੇ ਹਾਂ, ਕਰ ਕੁਛ ਨਹੀਂ ਸਕਦੇ ਜੀ। ਜਿਹੜੇ ਤੁਹਾਡੇ ਬੰਦੇ ਟਾਵਰ 'ਤੇ ਚੜ੍ਹੇ ਨੇ ਹਾਂਜੀ ਸਮੇਂ ਲਈ ਹੈ ਉਹ ਵੀਰੇ, ਉਹ ਭਾਈ ਸਾਹਿਬ ਕੁਛ ਵੀ ਕਰ ਸਕਦੇ, ਅਸੀਂ ਮਰਨ ਨੂੰ ਤਿਆਰ ਆ ਜੀ, ਉਹ ਤਾਂ ਮਰਨਗੇ ਮਰਨਗੇ, ਸਾਡਾ ਪਤਾ ਨਹੀਂ, ਅਸੀਂ ਸਾਡੇ ਬੱਚੇ ਭੁੱਖੇ ਮਰਦੇ ਆ, ਅਸੀਂ ਕੁਛ ਵੀ ਕਰ ਸਕਦੇ ਹਾਂ ਜੀ। ਸਾਨੂੰ ਘਰੇ ਵੜਨ ਨੂੰ ਥਾਂ ਨਹੀਂ ਹੈਗੀ, ਤੁਸੀਂ ਸੋਚ ਕੇ ਦੇਖੋ, ਅੱਜ ਕੱਲ੍ਹ 8 ਮਹੀਨੇ ਹੋ ਗਏ ਜੀ, ਸਾਡੇ ਬੱਚੇ ਪੜ੍ਹਾਈ ਤੋਂ ਵਿਹਲੇ ਬੈਠੇ ਹੋ ਗਏ, ਸਾਡੇ ਘਰ ਦੇ ਕਨੈਕਸ਼ਨ ਕੱਟੇ ਗਏ, ਅਸੀਂ ਬਹੁਤ ਹੀ ਬੁਰਾ ਹਾਲ ਆਇਆ। ਠੀਕ ਹੈ, ਮੈਨੂੰ ਸਰ ਹੁਣੀ ਇਨਫੋਰਮ ਕੀਤਾ ਜੀ, ਇਸ ਕਰਕੇ ਮੈਂ ਹੁਣੀ ਆਇਆ, ਪਤਾ ਕਰਨਾ ਪਏਗਾ ਕੀ ਕੋਈ ਇਨਫੋਰਮੇਸ਼ਨ। ਪਹਿਲੀ ਇਨਫੋਰਮੇਸ਼ਨ ਇਹ ਹੈ ਵੀ ਇਹਨਾਂ ਲੇਬਰ ਵਾਲਿਆਂ ਦੀ ਜਿਹੜੀ ਸੈਲਰੀ ਆ ਨਹੀਂ ਰਹੀ, ਕਿਉਂਕਿ PS ਨੂੰ ਕੋਈ ਫੰਡ ਨਹੀਂ ਆ ਰਹੇ, ਜਦੋਂ ਵੀ ਫੰਡ ਆਉਂਦੇ ਸੈਲਰੀ ਮਿਲਦੀ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।